ਬੇਅਦਬੀ ਮਾਮਲਿਆਂ ਦੀ ਜਾਂਚ ਕਰੀ ਐਸਆਈਟੀ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਦੇ ਚੋਣ ਕਮਿਸ਼ਨ ਵੱਲੋਂ ਕੀਤੇ ਤਬਾਦਲੇ ਤੇ ਮੁੜ ਵਿਚਾਰ ਕਰਨ ਦੇ ਲਈ ਚੋਣ ਕਮਿਸ਼ਨ ਨੂੰ ਕਾਂਗਰਸ ਆਪ ਦੇ ਖਹਿਰਾ ਗਰੁੱਪ ਦੇ ਮੰਗ ਪੱਤਰ ਦੇਣ ਤੇ ਸੁਖਬੀਰ ਬਾਦਲ ਨੇ ਸਾਰੀਆਂ ਪਾਰਟੀਆਂ ਤੇ ਹੀ ਨਿਸ਼ਾਨਾ ਲਾਇਆ। ਸੁਖਬੀਰ ਬਾਦਲ ਨੇ ਆਖਿਆ ਕਿ ਸਾਰੇ ਹੀ ਕਾਂਗਰਸ ਦੀ ABC ਟੀਮ ਨੇ, ਕੁੰਵਰ ਵਿਜੇ ਪ੍ਰਤਾਪ ਐਸਆਈਟੀ ਦਾ ਸਿਰਫ ਇੱਕ ਮੈਂਬਰ ਹੈ, ਬਾਕੀਆਂ 'ਤੇ ਸਾਨੂੰ ਕੋਈ ਇਤਰਾਜ਼ ਨਹੀਂ। ਪਰ ਹੁਣ ਵਿਰੋਧੀ ਡਰ ਗਏ ਨੇ, ਉਹਨਾਂ ਆਖਿਆ ਕਿ ਵਿਰੋਧੀਆਂ ਦਾ ਗੇਮ ਪਲਾਨ ਹੁਣ ਖਤਮ ਹੋ ਚੁੱਕਿਆ। ਸਾਰੇ ਸਰ ਪਾਰਟੀ ਨਹੀਂ ਹੈ, ਉਹ ਸਾਰੀ ਇਕੱਲੀ ਕਾਂਗਰਸ ਅਤੇ ਕਾਂਗਰਸ ਦੀ ABC ਟੀਮ ਹੈ। ਉਹ ਕੁੰਵਰ ਵਿਜੇ ਪ੍ਰਤਾਪ ਆਪਣਾ ਕਮੇਟੀ ਦਾ ਇਕੱਲਾ ਮੈਂਬਰ ਨਹੀਂ ਹੈ, ਸਾਰੇ ਮੈਂਬਰ ਹੈ, ਉਹਨਾਂ ਬਾਰੇ ਕੁਛ ਕਿਉਂ ਨਹੀਂ ਕਿਹਾ? ਆਹ ਕਿਉਂਕਿ ਘਬਰਾਏ ਬੈਠੇ, ਇਹਨਾਂ ਦੀ ਗੇਮ ਪਲਾਨ ਖਤਮ ਹੋ ਗਿਆ।